ਫਿਰੋਜ਼ਪੁਰ ਦੇ ਵਿੱਚ ਸ਼ਰੇਆਮ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਸ਼ਰਾਬ ਦੇ ਠੇਕੇਦਾਰ ਜਿਨ੍ਹਾਂ ਵੱਲੋਂ ਇੱਕ ਘਰ ਦੇ ਵਿੱਚ ਵੜ ਕੇ ਜਬਰਨ ਇੱਕ ਵਿਅਕਤੀ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ। ਦੱਸਿਆ ਜਾ ਰਿਹਾ ਕਿ ਸ਼ਰਾਬ ਵੇਚਣ ਦੇ ਸ਼ੱਕ ਦੇ ਵਿੱਚ ਇਸ ਵਿਅਕਤੀ ਦੇ ਘਰ ਦੇ ਵਿੱਚ ਸ਼ਰਾਬ ਦੇ ਠੇਕੇਦਾਰ ਦਾਖਲ ਹੁੰਦੇ ਨੇ ਅਤੇ ਜਿੱਥੇ ਮਾਰਕੁੱਟ ਕੀਤੀ ਗਈ ਹੈ ਅਤੇ ਵਿਅਕਤੀ ਦੇ ਪੈਰ ਦੀ ਹੱਡੀ ਟੁੱਟ ਗਈ ਹੈ, ਜਿਸ ਨੂੰ ਕਿ ਹਸਪਤਾਲ ਦਾਖਲ ਕਰਵਾਇਆ ਗਿਆ। ਤਾਂ ਸ਼ਰਾਬ ਦੇ ਠੇਕੇਦਾਰ ਜਿਨ੍ਹਾਂ ਵੱਲੋਂ ਸ਼ਰੇਆਮ ਗੁੰਡਾਗਰਦੀ ਕਰਨ ਦੇ ਮਾਮਲੇ, ਦੱਸਿਆ ਜਾ ਰਿਹਾ ਕਿ ਇਸ ਫਿਰੋਜ਼ਪੁਰ ਇਲਾਕੇ ਦੇ ਵਿੱਚ ਆਏ ਦਿਨ ਸਾਹਮਣੇ ਆਉਂਦੇ ਰਹਿੰਦੇ ਨੇ। ਤਾਂ ਇਸ ਵਾਰ ਸ਼ਰਾਬ ਦੇ ਠੇਕੇਦਾਰ ਜਿਨ੍ਹਾਂ ਵੱਲੋਂ ਇੱਕ ਘਰ ਦੇ ਵਿੱਚ ਵੜ ਕੇ ਇੱਕ ਵਿਅਕਤੀ ਜਿਸ 'ਤੇ ਸ਼ੱਕ ਹੈ ਕਿ ਸ਼ਰਾਬ ਵੇਚਦਾ, ਉਸਨੂੰ ਜਬਰਨ ਚੁੱਕਣ ਦੀ ਕੋਸ਼ਿਸ਼ ਕੀਤੀ ਗਈ। ਜਦ ਪਰਿਵਾਰਕ ਮੈਂਬਰ ਅਤੇ ਪੁੱਤਰ ਦੇ ਵੱਲੋਂ ਅਜਿਹਾ ਕਰਨ ਤੋਂ ਠੇਕੇਦਾਰਾਂ ਨੂੰ ਰੋਕਿਆ ਗਿਆ ਅਤੇ ਉਹਨਾਂ ਵੱਲੋਂ ਡੰਡਿਆਂ ਦੇ ਨਾਲ ਹਮਲਾ ਕਰ ਦਿੱਤਾ ਗਿਆ, ਜਿਸ ਦੇ ਵਿੱਚ ਕਿ ਵਿਅਕਤੀ ਦਾ ਪੈਰ ਟੁੱਟ ਗਿਆ। ਅਤੇ ਦੱਸਿਆ ਵੀ ਜਾ ਰਿਹਾ ਕਿ ਉਸਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਕੀਤਾ ਜਾ ਰਿਹਾ। ਉੱਥੇ ਦੱਸਦੀ ਹੈ ਕਿ ਜ਼ਖਮੀ ਵਿਅਕਤੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਦੇ ਵੱਲੋਂ ਉਸਦਾ ਇਲਾਜ ਕੀਤਾ ਜਾ ਰਿਹਾ। ਪੀੜਤ ਪਰਿਵਾਰ ਦੇ ਵੱਲੋਂ ਠੇਕੇਦਾਰ ਅਤੇ ਉਸਦੇ ਕਰਿੰਦਿਆਂ 'ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ। ਪੁਲਿਸ ਕਰਮਚਾਰੀਆਂ ਨੂੰ ਅਪੀਲ ਕੀਤੀ ਗਈ ਕਿ ਇਸ ਮਾਮਲੇ ਦੇ ਵਿੱਚ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ। ਪਿੱਪਲ ਸਿੰਘ ਜੀ, ਜਲਾਲ ਵਾਲੇ ਮੇਰੇ ਡੈਡੀ ਨੂੰ ਲੈ ਕੇ ਜਾਂਦੇ ਸੀ, ਬਸ ਦਾਰੂ ਕਹਿੰਦੇ ਕੱਢਦੇ ਜੇ ਤੁਸੀਂ ਵੀ ਦਾਰੂ ਵੇਚਦੇ ਜੇ, ਤੇ ਮੈਂ ਕਹਿੰਦਾ ਸੀ ਨਾ ਲੈ ਕੇ ਜਾਓ ਵਡੇਰਾ ਹੈ। ਮੈਂ ਰੋਕਦਾ ਸੀ, ਮੈਂ ਫੜਦਾ ਸੀ ਅਤੇ ਮੈਨੂੰ ਦੋ ਜਣੇ ਖਿੱਚ ਕੇ ਤਰੋ ਕੇ ਅਤੇ ਉਹਨਾਂ ਮੈਨੂੰ ਡਾਂਗਾ ਮਾਰਨ ਲੱਗ ਪਏ ਮੇਰੇ ਲੱਤ 'ਤੇ, ਲੱਤ ਉਹਨਾਂ ਤੋੜਤੀ ਮੇਰੀ। ਕਿੰਨੇ ਬੰਦੇ ਆਏ ਨੇ ਕਰਿੰਦੇ ਉਹਨਾਂ ਦੇ? ਤਿੰਨ ਕਰਿੰਦੇ ਸੀ, ਦੋ ਮੁਲਾਜ਼ਮ ਸੀਗੇ। ਹਾਂਜੀ, ਪੁਲਿਸ ਮੁਲਾਜ਼ਮ ਨਾਲ ਸੀ ਠੇਕੇਦਾਰ ਜੀ। ਹਾਂਜੀ, ਇਹ ਫਿਰੋਜ਼ਪੁਰ ਦੀ ਆ, ਫਿਰੋਜ਼ਪੁਰ ਦੇ। ਉਹ ਇੱਕ ਤਾਂ ਮੁੰਡਾ ਜਿਹੜਾ ਸਰਮਨ ਹੈਗਾ ਹੈ, ਕਰਿੰਦਾ ਬਣਿਆ ਹੋਇਆ ਠੇਕੇਦਾਰਾਂ ਦੇ ਨਾਲ, ਉਹ ਸਾਡੇ ਨਾਲ ਦੇ ਪਿੰਡ ਵੀ ਵਾਲੇ ਦਾ ਹੈ। ਹਾਂਜੀ, ਉਹ ਜ਼ਿਆਦਾ ਉਹਨੇ ਕੁੱਟਿਆ ਮੈਨੂੰ, ਸਰਵਣ ਸਿੰਘ ਨੇ। ਕੀ ਮਾਰਿਆ? ਉਹਨੇ ਡਾਂਗਾ ਮਾਰਿਆ, ਉਹਨਾਂ ਕੋਲ ਡਾਂਗਾ ਹੈਗੀਆਂ ਸੀ। ਨਾ, ਬਿਨਾਂ ਹੀ ਅੰਦਰ ਵੜ ਗਏ। ਕੱਲ੍ਹ ਵੀ ਆਏ ਸੀ, ਕੱਲ੍ਹ ਅਸੀਂ ਗੁਰਦੁਆਰੇ ਸੇਵਾ ਕਰਦੇ ਸੀ, ਕੱਲ੍ਹ ਘਰੇ ਕੋਈ ਅਸੀਂ ਗਏ ਸੀ ਅਤੇ ਅੱਜ ਮੈਂ ਘਰੇ ਹੈਗਾ ਸੀ ਅਤੇ ਰੱਬੋ ਹੀ ਉੱਪਰ ਆ ਗਏ, ਰੋਟੀ ਖਾਣ ਲੱਗਾ ਸੀ ਮੈਂ। ਹਾਂਜੀ ਹਾਂਜੀ, ਡਾਂਗਾ ਨਾਲ ਉਹਨਾਂ ਹਮਲਾ ਕੀਤਾ ਮੇਰੇ 'ਤੇ। ਹਾਂਜੀ 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 ਹਾਂਜੀ। ਕੀ ਨਾਮ ਤੁਹਾਡਾ? ਬਲਵਿੰਦਰ ਸਿੰਘ ਜੀ। ਬਲਵਿੰਦਰ ਸਿੰਘ, ਕਿੱਥੋਂ ਦੇ ਰਹਿਣ ਵਾਲੇ ਹੋ? ਜਲਾਨ ਵਾਲੇ ਜੀ। ਤੇ ਕੀ ਗੱਲਬਾਤ ਹੋਈ ਜਿਹੜੀ ਠੇਕੇਦਾਰਾਂ ਨੇ ਗੁੰਡਾ ਕਰਦੀ? ਗੱਲਬਾਤ ਜੀ, ਗੁੰਡਾ ਕਰਦੀ ਇਹਨਾਂ ਬਹੁਤ ਕੀਤੀ। ਇਹਦਾ ਡੈਡੀ ਘਰੇ ਸੀ ਤੇ ਮੁੰਡਾ ਗੁਰਦੁਆਰੇ ਸੇਵਾ ਸੀ ਕਿ ਦੋ ਦਿਨ ਲੱਗਾ ਰਿਹਾ, ਇਹਨਾਂ ਲੈਂਟਰ ਪਾਇਆ ਸੀ ਤੇ ਰੱਬੂ ਰੋਟੀ ਖਾਣ ਮੁੰਡਾ ਆ ਗਿਆ ਤੇ ਪਹਿਲੋਂ ਇਹਦੇ ਡੈਡੀ ਨੂੰ ਲਿਜਾਂਦੇ ਸੀ, ਮੁੰਡਾ ਰੱਬੂ ਆ ਗਿਆ ਤੇ ਹੱਥੋਂ ਪੱਖੀ ਹੋਏ, ਉਹਨਾਂ ਲੱਤ ਤੋੜਤੀ ਮੁੰਡੇ ਦੀ ਸੋਟੀਆਂ ਨਾਲ। ਕਿਹੜੇ ਪਿੰਡ ਦਾ ਮਾਮਲਾ? ਇਹ ਜਲਾਲ ਵਾਲੇ ਦਾ ਜੀ। ਕਿੰਨੇ ਕੁ ਵਜੇ ਆਏ ਨੇ? ਹੈਗਾ ਸੀ 1:30 ਕੁ ਦਾ ਟਾਈਮ, ਦੁਪਹਿਰ ਦੇ ਟਾਈਮ। ਹਾਂਜੀ ਹਾਂਜੀ, ਗੱਡੀ ਦੇ ਆਏ ਨੇ? ਹਾਂਜੀ, ਬਲੌਰੋ ਗੱਡੀ ਸੀ। ਤੇ ਆ ਕੇ ਕੀ ਕਹਿੰਦੇ ਸੀ? ਆਂਦੇ ਕਹਿੰਦੇ ਸੀ ਦਾਰੂ ਤੁਹਾਡੀ ਫੜੀਚੀ, ਪਤਾ ਨਹੀਂ ਚੋਨੇ 'ਚ ਫੜੀਚੀ, ਕੱਲ੍ਹ ਪਰਸੋਂ ਕਿਸੇ ਦੀ ਫੜੀਚੀ ਨਹੀਂ ਫੜੀਚੀ, 4 ਬੋਤਲਾਂ ਕਹਿੰਦੇ ਨੇ ਤੁਸੀਂ ਦਾਰੂ ਕੱਢਦੇ ਤੁਹਾਡੀ ਫੜੀਚੀ, ਇਹਨਾਂ ਦੇ ਕਰੂ ਕੋਈ ਚੀਜ਼ ਨਹੀਂ, ਫੜੀਚੀ ਮੁਰਾਮਤ ਨਹੀਂ ਹੋਈ, ਕੁਛ ਨਹੀਂ ਹੋਇਆ, ਬਿਲਕੁਲ ਇਹਨਾਂ ਨਾਲ ਧੱਕਾ ਨਜਾਇਜ਼ ਕਰਦੇ ਸੀ। ਰੱਬੂ ਮੈਂ ਵੀ ਭੱਜ ਕੇ ਇਹਨਾਂ ਦੇ ਪਿਛਲੇ ਪਾਸੇ ਮੇਰਾ ਘਰ ਏ, ਪੇੜ ਮੇਰੇ ਕੱਛਾ ਸੀ ਤੇ ਸਪਰਨਾ ਬੰਨਾ ਮੁੰਡੇ ਦੀ ਲੱਤ ਅੱਡੀ ਬਾਹਰ ਆਈ ਸੀ, ਮੈਂ ਸਾਫਾ ਲਾਇਆ, ਬਹੁਤ ਕੁੱਟਮਾਰ ਕੀਤੀ ਜੀ, ਬਹੁਤ ਜ਼ਿਆਦਾ, ਤੇ ਮੈਂ ਉਹ ਸਪਰਨਾ ਪਾੜਿਆ ਤੇ ਇਹਦੀ ਅੱਡੀ ਅੰਦਰ ਕੀਤੀ, ਲੱਤ ਬੰਨੀ, ਫਟਾਫਟ ਗੱਡੀ ਲਿਆਂਦੀ, ਮੁੰਡੇ ਨੂੰ ਅਸੀਂ ਦਾਖਲ ਕੀਤਾ ਇੱਥੇ ਰੈਫਲ
ਹਸਪੀਟਲ ਸਰਕਾਰੀ। ਇਹਨਾਂ ਤੇ ਕਾਰਵਾਈ ਵੱਧ ਤੋਂ ਵੱਧ ਹੋਣੀ ਚਾਹੀਦੀ ਜੀ। ਇੱਕ ਸਰਵਣ ਸਿੰਘ ਏ, ਇੱਕ ਜਰਮਲ ਸਿੰਘ ਏ, ਨਾਂ ਦਾ ਹਾਂਜੀ, ਇਹ ਕਰਿੰਦੇ ਨੇ। ਪੇਸ਼ੈਂਟ ਆਇਆ ਸਾਡੇ ਕੋਲ ਪਿੱਪਲ ਸਿੰਘ, ਇਹ ਪਿੰਡ ਦੇ ਵਿੱਚ ਇਹਨਾਂ ਦੇ ਕੁੱਟਮਾਰ ਹੋਈ ਸੀ। ਸਾਡੇ ਕੋਲ ਸੱਟਾਂ ਨਾਲ ਆਇਆ ਸੀ, ਇਹਨੂੰ ਅਸੀਂ ਐਡਮਿਟ ਕਰ ਲਿਆ ਹੋਇਆ। ਜਿਹੜੀਆਂ ਸੱਟਾਂ ਵਗੈਰਾ ਉਹਦੇ ਲਈ ਅੱਗੇ ਅਸੀਂ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਅਤੇ ਟ੍ਰੀਟਮੈਂਟ ਇਹਦਾ ਸਟਾਰਟ ਕਰ ਦਿੱਤਾ ਗਿਆ। ਨਹੀਂ, ਉਹ ਇੱਕ ਵਾਰ ਇੱਕ ਐਕਸਰੇ ਹੋ ਜਾਏਗਾ, ਉਸ ਤੋਂ ਬਾਅਦ ਸਾਨੂੰ ਕੰਮ ਪਤਾ ਲੱਗ ਜਾਏਗਾ। ਹਾਂਜੀ ਹਾਂਜੀ, ਪੇਸ਼ੈਂਟ ਨੂੰ ਐਡਮਿਟ ਕਰ ਲਿਆ ਅਤੇ ਹਾਂਜੀ MLR ਅਸੀਂ ਕੱਟ ਲਈ, ਉਹ ਸ਼ਾਮ ਤੱਕ ਥਾਣੇ ਚਲੇ ਜਾਏਗੀ। ਜਿਹੜਾ ਵੀ ਟ੍ਰੀਟਮੈਂਟ ਉਹਨੂੰ ਰਿਕੁਆਇਰ ਸੀ ਉਹ ਸ਼ੁਰੂ ਹੋ ਚੁੱਕਿਆ ਹੈ। ਹਾਂਜੀ, ਪੁਲਿਸ ਆਪਣੀ ਅੱਗੇ ਕਾਰਵਾਈ ਕਰੇਗੀ। ਪਿਛਲੇ ਦਿਨੀ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੇ ਨਜ਼ਦੀਕ ਪਰਾਗਾ ਚੌਂਕ ਦੇ ਕੋਲ ਇੱਕ ਨੌਜਵਾਨ ਤੋਂ ਸੋਨੇ ਦਾ ਪਾਰਸਲ ਲੁੱਟਣ ਦੀ ਖਬਰ ਸਾਹਮਣੇ ਆਈ ਸੀ, ਜਿਸ ਦੇ ਵਿੱਚ ਦੌਣ ਪਛਾਹ ਦੇ ਨੌਜਵਾਨਾਂ ਦੇ ਵੱਲੋਂ ਇੱਕ ਗੋਲਡ ਪਾਰਸਲ ਕਰਨ ਵਾਲੇ ਵਿਅਕਤੀ ਦੇ ਕੋਲੋਂ ਸੋਨੇ ਦੀ ਲੁੱਟ ਕੀਤੀ ਗਈ ਸੀ। ਜਿਸ ਤੋਂ ਬਾਅਦ ਪੁਲਿਸ ਲਗਾਤਾਰ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਸੀ ਅਤੇ ਹੁਣ ਪੁਲਿਸ ਨੇ ਇਸ ਮਾਮਲੇ ਦੇ ਵਿੱਚ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਅਤੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ 13 ਸਤੰਬਰ ਦੀ ਸ਼ਾਮ ਨੂੰ ਮੁਕੇਸ਼ ਸੈਣੀ ਨਾਂ ਦੇ ਨੌਜਵਾਨ ਦੇ ਕੋਲੋਂ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ, ਜਿਸ ਦੇ ਪੁਲਿਸ ਨੇ ਵੱਖ ਵੱਖ ਟੀਮਾਂ ਬਣਾਈਆਂ ਅਤੇ 4 ਦੋਸ਼ੀ ਗ੍ਰਿਫਤਾਰ ਹੋਏ ਨੇ, ਜਿਨ੍ਹਾਂ ਦੀ ਪਛਾਣ ਕਰਨਜੀਤ ਸਿੰਘ, ਜਸਕਰਨ ਸਿੰਘ, ਸ਼ਿਵਮਦੀਪ ਸਿੰਘ ਅਤੇ ਵਿਕਰਮਜੀਤ ਸਿੰਘ ਉਰਫ ਵਿੱਕੀ ਦੇ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਜਸਕਰਨ ਅਤੇ ਕਰਨਜੀਤ ਪਹਿਲਾਂ ਤੋਂ ਸੁਨਿਆਰੇ ਦਾ ਕੰਮ ਕਰਦੇ ਸਨ। ਇਹਨਾਂ ਦੋਨਾਂ ਨੌਜਵਾਨਾਂ ਦੇ ਵੱਲੋਂ ਹੀ ਮੁਕੇਸ਼ ਦੀ ਰੇਕੀ ਕੀਤੀ ਗਈ ਅਤੇ ਉਹਨਾਂ ਕਿਹਾ ਕਿ ਦੋਵਾਂ ਨੌਜਵਾਨਾਂ ਨੂੰ ਪਤਾ ਸੀ ਕਿ ਮੁਕੇਸ਼ ਸੈਣੀ ਵੱਖ ਵੱਖ ਦੁਕਾਨਾਂ ਤੋਂ ਸੋਨੇ ਦੇ ਪਾਰਸਲ ਲੈ ਕੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਪਾਰਸਲ ਕਰਦਾ ਹੈ, ਜਿਸ ਦੇ ਚੱਲਦਿਆਂ ਉਹਨਾਂ ਨੇ ਰੇਕੀ ਕੀਤੀ ਅਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਬੜੀ ਮੁਸਤੈਦੀ ਦੇ ਨਾਲ ਇਹ ਦੋਸ਼ੀ ਕਾਬੂ ਹੋਏ ਨੇ। ਇਹਨਾਂ ਚਾਰਾਂ ਦੇ ਕੋਲੋਂ 1 ਕਿਲੋ 710 ਗ੍ਰਾਮ ਸੋਨੇ ਦੇ ਗਹਿਣੇ, 1 ਪਿਸਤੌਲ, 1 ਪਾਰਸਲ ਅਤੇ ਮੋਟਰਸਾਈਕਲ ਬਰਾਮਦ ਹੋਇਆ। ਪੁਲਿਸ ਨੇ ਦੱਸਿਆ ਕਿ ਫਿਲਹਾਲ ਮਾਮਲਾ ਦਰਜ ਕਰ ਲਿਆ ਗਿਆ ਅਤੇ ਬਰੀਕੀ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਕਾਫੀ ਚੌਕਸੀ ਵਰਤਦਿਆਂ ਅਤੇ ਬੜੀ ਮਿਹਨਤ ਕਰਕੇ 13 ਸਪਟੰਬਰ ਨੂੰ ਇੱਕ ਜਿਹੜਾ ਸੋਨੇ ਦਾ ਕੋਰੀਅਰ ਕਰਦਾ ਸੀਗਾ ਬੰਦਾ ਮੁਕੇਸ਼ ਸੈਣੀ, ਉਹਦੇ ਪਾਸੋਂ ਕੋਈ 2 ਵਿਅਕਤੀਆਂ ਨੇ ਉਹਦੀ ਐਕਟਿਵਾ ਨੂੰ ਧੱਕਾ ਮਾਰ ਕੇ ਉਦੋਂ ਕਰੀਬ 1710 ਗ੍ਰਾਮ ਜਿਹੜਾ ਹੈਗਾ ਸੀ ਉਹਦਾ ਕੋਰੀਅਰ ਦਾ ਜਿਹੜਾ ਸੋਨਾ ਸੀਗਾ ਸਮੇਤ ਪਾਰਸਲ ਉਹ ਖੋ ਕੇ ਲੈ ਗਏ ਸੀਗੇ। ADCP ਸਿਟੀ 1 ਸ਼੍ਰੀ ਵਿਸ਼ਾਲਜੀਤ ਜੀ, ADCP ACP ਸੁਲਤਾਨਵਿੰਡ ਸ਼੍ਰੀ ਪ੍ਰਵੇਸ਼ ਜੀ, SHO ਡਿਵੀਜ਼ਨ C ਅਤੇ CIA 1, ਇਹਨਾਂ ਦੀਆਂ ਟੀਮਾਂ ਨੇ ਮਿਹਨਤ ਕਰਕੇ ਇਮੀਡੀਏਟਲੀ ਉਹ 'ਤੇ ਐਕਸ਼ਨ ਲੈਂਦਿਆਂ ਹੋਇਆਂ ਉਹਨਾਂ ਨੂੰ ਫੋਲੋ ਕਰਦਿਆਂ ਹੋਇਆਂ ਇਸ 4 ਵਿਅਕਤੀ ਜਿਹੜੇ ਇਹਦੇ 'ਚ ਇਨਵੋਲਵ ਸੀ, ਜਿਨ੍ਹਾਂ 'ਚੋਂ 2 ਵਿਅਕਤੀ ਰੈਕੀ ਕਰਨ ਵਾਲੇ ਸੀ, 1 ਕਰਨਜੀਤ ਪੁੱਤਰ ਜਵਾਹਰ ਸਿੰਘ ਸੁਲਤਾਨਵਿੰਡ ਅੰਮ੍ਰਿਤਸਰ ਦਾ, ਦੂਸਰਾ ਜਸਕਰਨ ਸਿੰਘ ਇਹ ਵੀ ਸੁਲਤਾਨਵਿੰਡ ਅੰਮ੍ਰਿਤਸਰ ਦਾ, ਅਤੇ ਤੀਸਰਾ ਸ਼ਿਵਦੀਪ ਸਿੰਘ ਇਹ ਖਲਚੀਆਂ ਦਾ ਸੀ, ਵਿਕਰਮਜੀਤ ਸਿੰਘ ਇਹ ਪਿੰਡ ਸੱਜਲਵੱਡੀ ਖਲਚੀਆਂ ਦਾ ਸੀ। ਇਹ 4 ਵਿਅਕਤੀਆਂ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਜਿਹੜਾ ਇਹਨਾਂ ਨੇ ਖੋਹ ਦਾ ਜਿਹੜਾ ਸੋਨਾ ਸੀ ਸਮੇਤ ਜਿਹੜਾ ਉਹਨਾਂ ਦਾ ਗੱਤਿਆਂ ਦਾ ਵੇਟ 1710 ਗ੍ਰਾਮ ਆ ਜਿਹੜਾ ਉਹ ਰਿਕਵਰ ਕਰ ਲਿਆ। ਇਹਨਾਂ ਤੋਂ 1 ਪਿਸਟਲ ਵੀ ਰਿਕਵਰ ਹੋਇਆ ਅਤੇ ਇਹਨਾਂ ਨੇ ਜਿਹੜੇ ਮੋਟਰਸਾਈਕਲ 'ਤੇ ਖੋਹ ਕੀਤੀ ਸੀ ਉਹ ਰਿਕਵਰ ਕਰਕੇ ਇਸ ਦਿੱਤੀ ਹੋਈ ਜਿਹੜੀ ਵਾਰਦਾਤ ਦਾ ਜਿਹੜਾ ਸੀਗਾ ਉਹ ਪੂਰਾ ਕਲੀਅਰ ਕਰਕੇ ਇਹਨਾਂ ਤੋਂ ਪ੍ਰੋਪਰ ਰਿਕਵਰੀ ਹੋ ਗਈ ਆ। ਇਹ ਸਾਡੀ ਪੁਲਿਸ ਨੇ ਬਹੁਤ ਹੀ ਮਿਹਨਤ ਕਰਕੇ 24 ਘੰਟਿਆਂ ਤੋਂ ਪਹਿਲਾਂ ਕਰੀਬ ਜਿਹਦੇ 'ਚ 1710 ਗ੍ਰਾਮ ਸਮੇਤ ਗੱਤਿਆਂ ਦਾ ਵੇਟ ਸੀ
ਅਤੇ 1.5 ਕਿਲੋ ਤੋਂ ਵੱਧ ਸੋਨਾ ਸੀਗਾ ਜਿਹਦੀ ਕਿ ਕਾਫੀ ਬਾਜ਼ਾਰੀ ਕੀਮਤ ਬਣ ਜਾਂਦੀ ਹੈ। ਬੜਾ ਅਹਿਮ ਸੀਗਾ, ਬੜਾ ਸੰਵੇਦਨਸ਼ੀਲ ਸੀਗਾ, ਇਹਨੂੰ ਟਰੇਸ ਕਰਕੇ ਇੱਕ ਬੜੀ ਕਾਮਯਾਬੀ ਹਾਸਲ ਹੋਈ ਆ। ਲੁਧਿਆਣਾ ਦੇ ਪਿੰਡ ਆਲਮਗੀਰ ਸੰਗਤ ਦੇ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ, ਜਿੱਥੇ ਸੰਗਤ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਹੋਈ ਬੇਅਦਬੀ ਦੀ ਘਟਨਾ ਅਤੇ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਬੰਧਾਂ ਦੀ ਕਮੀ 'ਤੇ ਸਭ ਨੂੰ ਧਿਆਨ ਦੇਣਾ ਚਾਹੀਦਾ। ਉੱਥੇ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਇੱਕ ਮੰਗ ਪੱਤਰ ਦਿੱਤਾ। ਸੰਗਤ ਦਾ ਕਹਿਣਾ ਹੈ ਕਿ ਗੁਰੂ ਘਰ ਦੇ ਵਿੱਚ ਜਿਹੜੇ ਕੰਮ ਅਧੂਰੇ ਪਏ ਨੇ ਉਹਨਾਂ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਅਤੇ ਉੱਥੋਂ ਹੀ ਦੱਸਿਆ ਗਿਆ ਕਿ ਬਾਹਰ ਤੋਂ ਆਉਣ ਵਾਲੀ ਸੰਗਤ ਦੇ ਨਾਲ ਵੀ ਸੇਵਾਦਾਰਾਂ ਦੇ ਵੱਲੋਂ ਬੁਰਾ ਵਿਹਾਰ ਕੀਤਾ ਜਾਂਦਾ। ਸੰਗਤ ਦਾ ਕਹਿਣਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਪੁਰਾਣਾ ਸੋਨੇ ਦਾ ਕਾਂਸਾ ਲੱਗਿਆ ਹੋਇਆ ਉਸ ਦੀ ਜਗ੍ਹਾ ਦੂਜਾ ਕਾਂਸਾ ਲਗਵਾ ਦਿੱਤਾ ਗਿਆ ਜੋ ਕਿ ਪਿੰਡ ਦੀ ਸੰਗਤ ਨੂੰ ਮਨਜ਼ੂਰ ਨਹੀਂ ਹੈ। ਉੱਧਰ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੰਜੂ ਸਾਹਿਬ ਦੇ ਪ੍ਰਬੰਧਕ ਜਿਨ੍ਹਾਂ ਦਾ ਕਹਿਣਾ ਹੈ ਕਿ ਪਿੰਡ ਦੇ ਵਿੱਚ ਕੁਝ ਸ਼ਰਾਰਤੀ ਅਨਸਰ ਨੇ ਜਿਨ੍ਹਾਂ ਵੱਲੋਂ ਅਜਿਹਾ ਕੀਤਾ ਗਿਆ, ਜਿਨ੍ਹਾਂ ਦੀ ਮੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਦਨ ਦੇ ਵਿੱਚ ਵਿਚਾਰ ਅਧੀਨ ਹੈ। ਨਵੀਂ ਮੰਗ ਪੁਰਾਣੀ ਮੰਗ ਹੈ ਅਤੇ ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਦੀਆਂ ਵਿਵਸਥਾਵਾਂ ਉਹਨਾਂ ਦਾ ਕਹਿਣਾ ਕਿ ਬੜੀ ਚੰਗੀ ਤਰੀਕੇ ਦੇ ਨਾਲ ਚੱਲ ਰਹੀ ਹੈ ਅਤੇ ਉਹਨਾਂ ਦਾ ਕਹਿਣਾ ਕਿ ਸਿਰਫ ਗੁਰਦੁਆਰਾ ਸਾਹਿਬ ਦੇ ਪ੍ਰਬੰਧਨ ਨੂੰ ਬਦਨਾਮ ਕਰਨ ਦੇ ਲਈ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਅਜਿਹਾ ਕੀਤਾ ਜਾ ਰਿਹਾ। ਨਿਤ ਸਾਹਿਬ, ਅੱਜ ਪਿੰਡ ਆਲਮਗੀਰ ਦੇ ਲੋਕ ਵਾਸੀ ਜਿਹੜੇ ਇਕੱਠੇ ਹੋਏ ਸੀਗੇ ਮੰਗ ਪੱਤਰ ਦਿੱਤਾ, ਕਿਹੜੀ ਕਿਹੜੀ ਮੰਗਾਂ ਲੈ ਕੇ? ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਦੁਆਰਾ ਮੰਨੀ ਸਾਹਿਬ ਆਲਮਗੀਰ ਵਿਖੇ ਪਿੰਡ ਦੀ ਸੰਗਤ ਵੱਲੋਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਨਾ ਪੁਰਾਣੀਆਂ ਉਹਨਾਂ ਦੀਆਂ ਮੰਗਾਂ ਕੋਈ ਜਿਹੜੀਆਂ ਕਿ ਕੋਈ ਇੰਨੀਆਂ ਜ਼ਰੂਰੀ ਨਹੀਂ, ਵਿੱਚ ਕੁਛ ਸ਼ਰਾਰਤ ਵਾਲੀਆਂ ਨੇ, ਕੁਛ ਉਹਨਾਂ ਦੀਆਂ ਜਿਹੜੀਆਂ ਇੱਕ ਮੰਗ ਹੈ ਜਿਹੜੀ ਕਲਸ਼ ਵਾਲੀ ਹੈ, ਉਹ ਸਾਰੀਆਂ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡ ਆਫਿਸ ਵਿਖੇ ਵਿਚਾਰ ਅਧੀਨ ਹੈ, ਉਹਨਾਂ ਦੇ ਧਿਆਨ ਵਿੱਚ ਹੈ। ਨਵੀਂ ਕੋਈ ਵੀ ਮੰਗ ਇਹਦੇ ਵਿੱਚ ਨਹੀਂ ਹੈਗੀ ਕਿ ਜਿਹੜੀ ਨਵੀਂ ਕੋਈ ਮੰਗ ਹੈ, ਪੁਰਾਣੀਆਂ ਮੰਗਾਂ ਅਤੇ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਬੰਧ ਆ ਇਹ ਬੜੇ ਵਧੀਆ ਚੱਲ ਰਹੇ ਆ। ਇਹ ਸਿਰਫ ਇਹ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਨੂੰ ਇੱਕ ਬਦਨਾਮ ਕਰਨ ਵਾਸਤੇ ਜਿਹੜੀ ਇਹਨਾਂ ਇਹ ਸਾਜ਼ਿਸ਼ ਘੜਦੇ ਨੇ। ਜਿੰਨਾ ਵੀ ਪ੍ਰਬੰਧ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਦੇਸ਼ਾਂ ਨਾਲ ਚੱਲਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਤੀਆਂ ਮੰਗਾਂ ਜਿਹੜੀਆਂ ਇਹ ਪੁਰਾਣੀਆਂ ਮੰਗਾਂ ਨੂੰ ਦੁਬਾਰਾ ਦੁਹਰਾ ਕੇ ਨਵੇਂ ਸਿਰੇ ਤੋਂ ਦਿੱਤਾ ਹੈ। ਉਹ ਇੱਕ ਵਿਚਾਰ ਅਧੀਨ ਜਿਹੜੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡ ਆਫਿਸ ਭੇਜ ਦਿੱਤੀ ਜਾਏਗੀ। ਜੀ ਮੈਨੇਜਰ ਸਾਹਿਬ, ਇੱਕ ਨਾ ਕੋਈ 25 ਕਿਲੋ ਸੋਨਾ ਦੇ ਕਾਂਸੀ ਦੀ ਗੱਲ ਕਰ ਰਹੇ ਸੀਗੇ, ਇਹ ਬਹੁਤ ਪੁਰਾਣੀ ਆ ਜੀ, ਉਹ ਬੜੇ ਚਿਰ ਦੀ ਉਹ ਚੱਲਦੀ ਆ, ਉਹ ਮਾਨਯੋਗ ਪ੍ਰਧਾਨ ਸਾਹਿਬ ਜੀ ਦੇ ਵੀ ਧਿਆਨ ਵਿੱਚ ਹੈ। ਮੈਨੂੰ ਕੁਝ ਦਿਨ ਹੀ ਹੋਏ ਆ ਇੱਥੇ ਸੇਵਾ ਸੰਭਾਲ ਕੀਤੀ ਨੂੰ, ਮੈਂ ਇਸ ਬਾਰੇ ਜਲਦੀ ਹੀ ਦਫ਼ਤਰ ਨਾਲ ਸੰਪਰਕ ਕਰਕੇ ਇਸ ਸੰਬੰਧੀ ਇੱਕ ਜਿਹੜੀ ਸੇਵਾ ਕਾਰ ਸੇਵਾ ਚੱਲਦੀ ਆ ਉਹਦੇ ਵਿੱਚ ਨਾ ਇੱਕ ਜਿਹੜਾ ਲੇਬਰ ਲਾਈ ਹੋਈ ਆ ਉਹ ਇੱਕ ਨੰਗੇ ਸਿਰੀ, ਅਸੀਂ ਫੋਟੋ ਖਿੱਚੀ ਆ ਤੁਹਾਨੂੰ ਦਿਖਾਈ ਵੀ ਸੀਗੀ, ਉਹ ਨੰਗੇ ਸਿਰੀ ਕਰ ਰਿਹਾ ਆਪਣੀ ਕਾਰ ਇਸ ਸੰਬੰਧੀ ਨਾ ਕਾਰ ਸੇਵਾ ਵਾਲੇ ਬਾਬਿਆਂ ਨੂੰ ਅਤੇ ਮਿਸਤਰੀਆਂ ਨੂੰ ਨੋਟ ਕਰਵਾ ਦਿੱਤਾ ਜਾਊਗਾ ਕਿ ਕੋਈ ਵੀ ਉਹਨਾਂ ਦਾ ਜਿਹੜਾ ਮਜ਼ਦੂਰ ਆ, ਕਾਰੀਗਰ ਆ, ਕੋਈ ਵੀ ਮਿਸਤਰੀ ਆ, ਉਹ ਨੰਗੇ ਸਿਰ ਇੱਥੇ ਅੰਦਰ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਨੰਗੇ ਸਿਰ ਨਾ ਕੰਮ। ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਸੀਗਾ ਵੀ ਜਿਹੜੇ ਲੇਬਰ ਹੈ ਉਹ ਤੰਬਾਕੂ ਵਗੈਰਾ ਵੀ ਗੁਰਦੁਆਰੇ ਵਿੱਚ ਕਰਦੀ ਹੈ। ਨਹੀਂ, ਇਸ ਸੰਬੰਧੀ ਆਪਾਂ ਪਹਿਲਾਂ ਵੀ ਮੈਂ ਇੱਕ ਮੀਟਿੰਗ ਸੱਦੀ ਜਿਸ ਵਿੱਚ ਸਾਰੇ ਮੁਲਾਜ਼ਮਾਂ ਨੂੰ ਬਾਬਾ ਜੀ ਨੂੰ ਵੀ ਕਹਿ ਕੇ ਇਹ ਬੇਨਤੀ ਕੀਤੀ ਹੈ ਕਿ ਕੋਈ ਵੀ ਜਿਹੜਾ ਨਾ ਇੱਥੇ ਨਸ਼ਾ ਨਾ ਕਰੇ, ਨਸ਼ਾ ਕਰਕੇ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਨਾ ਆਵੇ। ਜਿੰਨੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਜਿਵੇਂ ਇੱਥੇ ਕੋਈ ਮਾੜੀਆਂ ਮੋਟੀਆਂ ਬੇਅਦਬੀਆਂ ਹੋ ਰਹੀਆਂ ਨੇ ਉਹਨਾਂ 'ਤੇ ਧਿਆਨ ਨਹੀਂ ਦਿੱਤਾ ਜਾ ਰਿਹਾ। ਕੁਛ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾਦਾਰ ਕਈ ਬੰਦਿਆਂ ਨਾਲ ਧੱਕਾ ਕਰਦੇ ਆ, ਬਾਹਰਲੇ ਕਈ ਬੰਦੇ ਆ ਕੇ
ਕਈ ਵਾਰ ਸੰਗਤਾਂ ਨੂੰ ਗਲਤ ਬੋਲਦੇ ਆ, ਉਹ ਚੀਜ਼ਾਂ ਬਾਰੇ ਇੱਕ ਸ਼ਿਕਾਇਤ ਪੱਤਰ ਦਿੱਤਾ ਗਿਆ ਵੀ ਹਾਂ ਇਹਦੇ 'ਤੇ ਮਾੜਾ ਜਿਹਾ ਗੌਰ ਕੀਤਾ ਜਾਵੇ। ਬਾਕੀ ਜਿਹੜਾ ਇੱਥੇ ਸੋਨੇ ਦਾ ਕੰਸ ਲੱਗਿਆ ਹੋਇਆ ਸੀਗਾ ਉਹਦੇ ਬਾਰੇ ਫਿਰ ਕਿਹਾ ਵੀ ਜੋ ਸਾਡਾ ਪੁਰਾਣਾ ਕੰਸ ਸੀਗਾ ਜਿਹੜਾ ਹੁਣ ਨਵਾਂ ਬਣ ਕੇ ਆਇਆ ਉਹ ਨਹੀਂ, ਇੱਕ ਜਿਹੜਾ ਪੁਰਾਣਾ ਕੰਸ ਸਾਡਾ ਜਿਹੜਾ ਇੱਥੋਂ ਲਾਇਆ ਸੀ ਵੀ ਉਹੀ ਇੱਥੇ ਦੁਬਾਰ 'ਤੇ ਲਾਇਆ। ਉਹ ਪ੍ਰਧਾਨ ਸਾਹਿਬ ਨੇ ਮੈਨੇਜਰ ਸਾਹਿਬ ਨਾਲ ਗੱਲ ਹੋਈ ਆ, ਉਹ ਕਹਿੰਦੇ ਮੈਂ ਅੱਗੇ ਲਿਖ ਕੇ ਭੇਜ ਦਿੰਦਾ ਵੀ ਪ੍ਰਧਾਨ ਸਾਹਿਬ ਨੂੰ, ਕਿਉਂਕਿ ਜਿਹੜਾ ਪਹਿਲਾਂ ਕੰਸ ਇੱਥੇ ਆਇਆ ਸੀ ਉਹ ਸਾਡੇ ਗੁਰੂ ਘਰ ਦਾ ਨਹੀਂ, ਉਹ ਬਣਿਆ ਹੋਇਆ ਉਹਨੂੰ ਕੋਈ ਮਾਨਤਾ ਨਹੀਂ ਦਿੰਦੇ ਪਿੰਡ ਵਾਲੇ ਜਾਂ ਸੰਗਤ ਕੋਈ ਵੀ ਮਾਨਤਾ ਨਹੀਂ ਦਿੰਦੀ। ਇਹ ਕਹਿੰਦੇ ਕੋਈ ਗੱਲ ਨਹੀਂ ਮੈਂ ਇਹ 10 ਦਿਨ ਹੋਏ ਨੇ ਇਹਨਾਂ ਨੂੰ ਆਇਆ ਵੀ ਮੈਂ ਅੱਗੇ ਪ੍ਰਧਾਨ। ਬੱਚੀ ਦੇ ਇਲਾਜ ਨੂੰ ਲੈ ਕੇ ਸੜਕ ਦੇ ਵਿਚਾਲੇ ਹਾਈ ਵੋਲਟੇਜ ਡਰਾਮਾ ਹੋਇਆ। ਦਰਅਸਲ ਇੱਥੇ ਬੱਚੀ ਦੇ ਪਰਿਵਾਰਕ ਮੈਂਬਰ ਅਤੇ ਡਾਕਟਰਾਂ ਦੇ ਵਿੱਚ ਹੱਥੋਂ ਪਾਈ ਵੀ ਹੋਈ ਹੈ। ਬੱਚੀ ਨੂੰ ਇਲਾਜ ਦੇ ਲਈ ਕਪੂਰ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਸੀ ਜਿੱਥੇ ਡਾਕਟਰ ਸਮੇਤ ਪੂਰਾ ਸਟਾਫ ਬੱਚੀ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਹੀ ਭਿੜ ਪੈਂਦਾ, ਜਿਸ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਡਾਕਟਰਾਂ 'ਤੇ ਕੁੱਟਮਾਰ ਦਾ ਇਲਜ਼ਾਮ ਲਗਾਇਆ ਗਿਆ। ਉੱਧਰ ਡਾਕਟਰਾਂ ਨੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ। ਉਹਨਾਂ ਦਾ ਕਹਿਣਾ ਹੈ ਕਿ ਬੱਚੀ ਦੇ ਪਰਿਵਾਰਕ ਮੈਂਬਰ ਜੋ ਇਲਜ਼ਾਮ ਲਗਾ ਰਹੇ ਨੇ ਉਹ ਬਿਲਕੁਲ ਗਲਤ ਨੇ। ਅਤੇ ਉੱਧਰ ਹੀ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੱਚੀ 3 ਦਿਨਾਂ ਤੋਂ ਇਸ ਹਸਪਤਾਲ ਦੇ ਵਿੱਚ ਦਾਖਲ ਹੈ, ਲੇਕਿਨ ਇਲਾਜ ਤੋਂ ਬਾਅਦ ਵੀ ਉਸਨੂੰ ਆਰਾਮ ਨਹੀਂ ਮਿਲ ਰਿਹਾ, ਜਿਸ ਦੇ ਚੱਲਦਿਆਂ ਕਿ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਡਾਕਟਰਾਂ ਨੇ ਉਸਨੂੰ ਕਿਸੇ ਹੋਰ ਹਸਪਤਾਲ ਦੇ ਵਿੱਚ ਲੈ ਕੇ ਜਾਣ ਦੇ ਲਈ ਕਿਹਾ। ਇਸੇ ਗੱਲ ਨੂੰ ਲੈ ਕੇ ਬਹਿਸ ਸ਼ੁਰੂ ਹੁੰਦੀ ਹੈ ਅਤੇ ਹਸਪਤਾਲ ਦੇ ਨੀਚੇ ਪਹੁੰਚ ਕੇ ਹਸਪਤਾਲ ਸਟਾਫ ਦੇ ਵੱਲੋਂ ਬੱਚੀ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਹੱਥੋਂ ਪਾਈ ਵੀ ਕੀਤੀ ਗਈ, ਜਿਸ ਦੀ ਸੂਚਨਾ ਉਹਨਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ ਹੈ। ਭਾਈ ਤੁਹਾਡਾ ਭਾਈ ਨਾਮ ਕੀ ਹੈ ਤੁਹਾਡਾ ਜੀ? ਕੀ ਗੱਲ ਹੋਈ ਸੀਗੀ ਭਾਈ? ਅੱਜ ਅੱਜ ਕੱਲ੍ਹ ਸਵੇਰ ਦਾ ਕੱਲ੍ਹ ਨੇ ਬੱਚਾ ਨੇ ਐਡਮਿਟ ਕਰਾਇਆ ਸੀ ਇਹਨਾਂ ਨੇ ਉਹ ਬਜਾਇ ਕਿ ਸਾਈਨ ਕਰਨ ਦੇ ਇੱਕਦਮ ਇਕੱਲੇ ਡਾਕਟਰ ਨੂੰ 4-5 ਬੰਦੇ ਟੁੱਟ ਕੇ ਪੈ ਗਏ। ਉਹਨਾਂ ਨੇ ਸਿਲੰਡਰ ਚੱਕ ਕੇ ਗੈਸ ਦਾ ਆਕਸੀਜਨ ਸਿਲੰਡਰ ਹੈ ਉਹਦੇ ਸਿਰ 'ਤੇ ਮਾਰਿਆ। ਉਹ ਇਕੱਲਾ ਸੀ ਵਿਚਾਰਾ, ਉਹ ਘਬਰਾ ਗਿਆ। ਉਹਨੂੰ ਬਚਾਉਣ ਲਈ ਸਾਡੇ ਜਿਹੜੇ ਸਟਾਫ ਦੇ 3-4 ਬੰਦੇ ਆ, ਨੈਚੁਰਲੀ ਜੇ ਕਿਸੇ ਬੰਦੇ ਦੇ ਸਿਰ 'ਤੇ ਤੁਸੀਂ ਸਿਲੰਡਰ ਮਾਰ ਰਹੇ ਹੋ ਤਾਂ ਉਹ ਆਪਣੇ ਨੂੰ ਰੋਕਣ ਲਈ ਆਪਣਾ ਬਚਾਅ ਕਰਨ ਲਈ ਕਰੇਗਾ, ਬਜਾਏ ਕਿ ਉਹ ਦੱਸੋ ਕਰਨ ਦੇ ਕਿ ਇਹਦੇ ਉਹਦੇ ਡਾਕਟਰ ਦੇ ਮੂੰਹ 'ਤੇ ਪੂਰੇ ਨਿਸ਼ਾਨ ਹੈਗੇ। ਠੀਕ ਹੈ, ਅਸੀਂ ਚਾਹੁੰਦੇ ਅਸੀਂ ਵੀ MLA ਕਰਾ ਸਕਦੇ ਹਾਂ, ਲੇਕਿਨ ਅਸੀਂ ਨਹੀਂ ਕਰਾ ਰਹੇ। ਅਤੇ ਇਹਦਾ ਮਤਲਬ ਇਹ ਨਹੀਂ ਗਾ ਕਿ ਤੁਸੀਂ ਕਹੋ ਜੀ ਉਹਨਾਂ ਨੇ ਮਾਰਿਆ। ਉਹਨਾਂ ਨੇ ਸੈਲਫ ਡਿਫੈਂਸ 'ਚ ਜਦੋਂ ਉਹਨਾਂ ਨੇ
ਉਹਨੂੰ ਇਕੱਲੇ ਨੂੰ ਡਾਕਟਰ ਨੂੰ ਮਾਰਿਆ, ਉਦੋਂ ਮੁੰਡੇ ਮੇਰੇ ਇਕੱਠੇ ਹੋ ਕੇ ਬਚਾਓ ਦੇ ਵਿੱਚ ਰਹਿ ਗਏ। ਉਹ ਕਹਿ ਰਿਹਾ ਕਿ ਡੋਡ ਸਾਹਿਬ ਨੇ ਗੁੰਡਾਗਰਦੀ ਕੀਤੀ ਹੈ, ਸਿਰ ਪਾੜੇ ਸਾਡੇ, ਉਹਨਾਂ ਨੇ ਬੱਗਾ ਸਾਡਾ ਸਟਾਫ ਸਾਨੂੰ ਪਿਆ। ਜਦੋਂ ਉਹਨਾਂ ਨੇ ਪਹਿਲੇ ਡਾਕਟਰ ਨੂੰ ਸਾਡੇ ਮਾਰਿਆ, ਫਿਰ ਡਾਕਟਰ ਨੇ ਸੈਲਫ ਡਿਫੈਂਸ 'ਚ ਉਹਨਾਂ ਸਾਡੇ ਡਾਕਟਰ ਨੂੰ ਸਿਲੰਡਰ ਮਾਰੇ ਨੇ, ਆਕਸੀਜਨ ਦੇ ਸਿਲੰਡਰ ਚੱਕ ਕੇ ਮਾਰੇ, ਸਾਡਾ ਸਾਰਾ ਸਟਾਫ ਗਵਾ। ਕਾਰਨ ਕੀ ਹੈ ਸਰ ਪੂਰੇ ਵਿਵਾਦ ਦਾ? ਕੀ ਪੇਨ ਸੀਰੀਅਸ ਸੀਗਾ, ਪੇਨ ਨੂੰ ਅਸੀਂ ਕਿਹਾ ਕਿ ਤੁਸੀਂ ਜਿਹੜਾ ਪੇਸ਼ੈਂਟ ਹੈਗਾ ਸੀਰੀਅਸ ਹੈ, ਉਹ ਸਮਝਾ ਰਹੇ ਸੀ ਕਿ ਸਾਈਨ ਕਰ ਦਿਓ ਤੁਸੀਂ, ਬਜਾਏ ਕਿ ਸਾਈਨ ਕਰਨ ਦੇ ਵੀ ਪੇਨ ਸੀਰੀਅਸ ਹੈਗੇ ਨੇ, ਉਲਟਾ ਉਹ ਡਾਕਟਰ ਨੂੰ ਟੁੱਟ ਕੇ ਪੈ ਗਏ, ਉਹਨੂੰ ਮਾਰ ਲਿਆ। ਅੱਛਾ ਜੀ, ਉਹ ਚੀਜ਼ ਹੋਈ ਮਤਲਬ ਤੁਹਾਡੇ ਵੱਲੋਂ ਕੋਈ ਉਹਨਾਂ ਵੱਲੋਂ ਜਿਹੜਾ ਹੈ ਉਹ ਐਕਸ਼ਨ ਹੋਇਆ ਸੀ, ਉਹਨਾਂ ਵੱਲੋਂ ਜੋ ਕੁਛ ਹੋਇਆ ਪਹਿਲ ਉਹਨਾਂ ਨੇ ਕੀਤੀ ਹੈ। ਠੀਕ ਹੈ।